ਅਮਿਤ ਸ਼ਾਹ ਜੋੜੀ ਜਿਹੜੀ ਵਪਾਰੀ ਲਾਣੇ ਦੀ ਅਗਵਾਈ ਕਰਦੀ ਹੈ ਇਥੋਂ ਕੱਢਣ ਦੀਆਂ ਵਿਉਂਤਾਂ ਬਣਾ ਰਹੀ ਹੈ, ਫਿਰਕੂ ਦਾ ਅੱਗੇ ਭੜਕਾਉਣ ਦੀ ਕਰ ਰਹੀ ਹੈ, ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਾ ਕਮਾਊ ਲੋਕਾਂ ਨੇ ਹੀ ਦੇਣਾ। ਜੇਕਰ 8 ਜਨਵਰੀ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਇੱਕ ਵਾਰ ਜ਼ਰੂਰ ਸੋਚ ਲੈਣਾ, ਅਜਿਹਾ ਕਰਨ ਨਾਲ ਤੁਹਾਨੂੰ ਕਰਨਾ ਪੈ ਸਕਦਾ ਹੈ ਕਈ ਮੁਸੀਬਤਾਂ ਦਾ ਸਾਹਮਣਾ। ਜੀ ਹਾਂ, 8 ਜਨਵਰੀ ਨੂੰ ਕਿਸਾਨ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੇ ਨੇ, ਜਿਸ ਦੇ ਚੱਲਦਿਆਂ ਬਰਨਾਲਾ 'ਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਪੰਜਾਬ ਸਥਲ ਦੇ ਸਾਰੇ ਕਿਸਾਨ ਨੇਤਾਵਾਂ ਨਾਲ ਮੀਟਿੰਗ ਕੀਤੀ ਗਈ, ਜਿਸ 'ਚ 8 ਤਰੀਕ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪੰਜਾਬ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਯੂਨੀਅਨ ਦੇ ਸੀਨੀਅਰ ਨੇਤਾ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ 200 ਦੇ ਕਰੀਬ ਕਿਸਾਨ ਜਥੇਬੰਦੀਆਂ ਵੱਲੋਂ 8 ਜਨਵਰੀ ਨੂੰ ਸੜਕਾਂ 'ਤੇ ਉਤਰ ਕੇ ਪੂਰੀ ਤਰ੍ਹਾਂ ਚੱਕਾ ਜਾਮ ਕੀਤਾ ਜਾਵੇਗਾ ਅਤੇ ਕਿਹਾ ਕਿ ਦੇਸ਼ ਦੀ ਸਰਕਾਰ ਅੰਨਦਾਤਾ ਨੂੰ ਖਤਮ ਕਰਨ 'ਤੇ ਲੱਗੀ ਹੋਈ ਹੈ। ਅੱਜ ਦੀ ਜਿਹੜੀ ਮੀਟਿੰਗ ਅਸੀਂ ਸੂਬਾ ਪੱਧਰੀ ਰੱਖੀ ਹੈ, ਆਲ ਇੰਡੀਆ ਕੋਆਰਡੀਨੇਸ਼ਨ ਕਮੇਟੀ ਬਣੀ ਹੈ ਹਿੰਦੁਸਤਾਨ ਦੀ, ਉਹਨੇ ਇਹ ਸੱਦਾ ਦਿੱਤਾ ਹੈ 8 ਜਨਵਰੀ ਨੂੰ ਭਾਰਤ ਬੰਦ। ਲਗਭਗ 200 ਦੇ ਕਰੀਬ ਉਹਦੇ ਵਿੱਚ ਕਿਸਾਨਾਂ ਦੀਆਂ ਜਥੇਬੰਦੀਆਂ ਅਤੇ ਨਾਲ ਜਿਹੜੀਆਂ ਪੰਜਾਬ ਦੇ ਵਿੱਚ ਟ੍ਰੇਡ ਯੂਨੀਅਨਾਂ, ਉਹਨਾਂ ਨੇ ਵੀ ਉਹਦਾ ਸਮਰਥਨ ਕੀਤਾ। ਮੁੱਖ ਰੂਪ ਦੇ ਵਿੱਚ ਜਿਹੜਾ ਜਨਵਰੀ ਦਾ 8 ਜਨਵਰੀ ਦਾ ਬੰਦ ਦਾ ਸੱਦਾ ਦੇਣ ਦਾ ਮਕਸਦ ਹੈ, ਉਹਦੇ ਵਿੱਚ ਇੱਕ ਤਾਂ ਜਿਹੜਾ ਕਿਸਾਨੀ ਇਕੱਲੇ ਪੰਜਾਬ ਦੀ ਤਾਂ ਖੁਦਕੁਸ਼ੀਆਂ ਕਰ ਹੀ ਰਹੀ ਹੈ, ਸਾਰੇ ਹਿੰਦੁਸਤਾਨ ਦੇ ਵਿੱਚ ਹੀ ਜਿਹੜਾ ਕਿਸਾਨ ਹੈ ਉਹ ਮਤਲਬ ਕਰੋੜਾਂ ਰੁਪਈਆਂ ਦਾ ਕਰਜ਼ਈ ਹੋਇਆ ਹੈ, ਉਹ ਸਾਰੇ ਦਾ ਸਾਰਾ ਕਰਜ਼ਾ ਖਤਮ ਕਰਾਉਣ ਲਈ ਦਬਾਅ ਬਣਾਉਣ ਲਈ ਮੋਦੀ ਸਰਕਾਰ 'ਤੇ ਕਿ ਕਿਸਾਨਾਂ ਦਾ ਜਿਹੜਾ ਸਾਰਾ ਕਰਜ਼ਾ ਇਹ ਖਤਮ ਕੀਤਾ ਜਾਵੇ, ਅੱਗੇ ਤੋਂ ਕਰਜ਼ਾ ਨਾ ਚੜ੍ਹੇ। ਡਾਕਟਰ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਮੁਤਾਬਕ 50% ਮੁਨਾਫੇ ਵਾਲਾ ਭਾਅ ਜੋੜ ਕੇ ਉਹਦੀਆਂ ਸਿਫਾਰਸ਼ਾਂ ਅਨੁਸਾਰ ਜਿਹੜੇ ਕਿਸਾਨਾਂ ਨੂੰ ਫਸਲਾਂ ਦੇ ਭਾਅ ਦਿੱਤੇ ਜਾਣ, ਅਤੇ ਨਾਲ ਦੀ ਨਾਲ ਜਿਹੜਾ 60 ਸਾਲ ਦੀ ਉਮਰ ਦਾ ਕਿਸਾਨ ਦੀ ਜਦੋਂ ਹੋ ਜਾਂਦੀ ਆ, ਉਹਨੂੰ ਇਹ ਮੰਨ ਕੇ ਕਿ ਹੁਣ ਇਹ ਖੇਤੀ ਕਰਦਾ ਹੋਇਆ ਬੁੱਢਾ ਹੋ ਗਿਆ, ਉਹਨੂੰ 10,000 ਰੁਪਇਆ ਪ੍ਰਤੀ ਮਹੀਨਾ ਉਹ ਜਿਹੜੀ ਪੈਨਸ਼ਨ ਹੈ ਉਹ ਦਿੱਤੀ ਜਾਵੇ। ਇਹ ਸਾਡੀਆਂ ਜਿਹੜੀਆਂ ਹੈਗੀਆਂ ਮਤਲਬ ਇੰਡੀਆ ਲੈਵਲ ਦੇ ਕਿਸਾਨਾਂ ਦੀਆਂ ਮੰਗਾਂ। ਇਹ ਸੱਦਾ 8 ਜਨਵਰੀ ਦਾ ਦਿੱਤਾ ਹੈ 250 ਕਿਸਾਨ ਜਥੇਬੰਦੀ ਨੇ, ਉਹਦੀ ਸਪੋਰਟ ਦੇ ਵਿੱਚ ਮਤਲਬ ਫੈਡਰੇਸ਼ਨਾਂ ਭਾਰਤ ਦੀਆਂ ਆਈਆਂ ਨੇ ਅਤੇ ਪੇਂਡੂ ਮਤਲਬ ਤਬਕਾ ਜਿਹੜਾ ਮਤਲਬ ਗਰੀਬ ਕਿਸਾਨ, ਗਰੀਬ ਮਜ਼ਦੂਰ ਸਾਰੇ ਲੋਕ ਇਹਦੇ ਨਾਲ ਸਹਿਮਤ ਹੋਏ ਨੇ। ਦੋਧੀ ਯੂਨੀਅਨ ਵਿਦਿਆਰਥੀ ਮਤਲਬ ਜਿੰਨੇ ਲੋਕ ਕਮਾਊ ਲੋਕ ਨੇ ਜਿਹਦੇ ਮਤਲਬ ਆਪਾਂ ਕਿਰਤ ਕਰਨ ਵਾਲੀ ਜਮਾਤ ਨਾਲ ਜੋੜਦੇ, ਉਹਨਾਂ ਨੇ ਇਹਨੂੰ ਹਮਾਇਤ ਦਿੱਤੀ ਆ ਕਿਉਂਕਿ ਇਹਦੀ ਲੋੜ ਬਹੁਤ ਸੀ। ਅੱਜ ਮੋਦੀ ਅਮਿਤ ਸ਼ਾਹ ਜੋੜੀ ਜਿਹੜੀ ਵਪਾਰੀ ਲਾਣੇ ਦੀ ਅਗਵਾਈ ਕਰਦੀ ਹੈ, ਜਦੋਂ ਉਹਨੇ ਭਾਰਤ ਨੂੰ ਗਹਿਣੇ ਕਰਨ ਦੀ ਜ਼ਿੰਮੇਵਾਰੀ ਚੱਕ ਕੇ ਮਤਲਬ ਰਾਜਗੱਦੀ ਸਾਂਭੀ ਹੈ, ਤਾਂ ਲੋਕਾਂ ਦਾ ਲੋਕਾਂ ਨੂੰ ਜਾਗਰੂਕ ਕਰਨਾ, ਕਿਸਾਨ ਜਥੇਬੰਦੀਆਂ ਦਾ ਜਾਂ ਜਿਹੜੀਆਂ ਫੈਡਰੇਸ਼ਨਾਂ ਨੇ ਜਾਂ ਜਿਹੜੇ ਵੀ ਮਤਲਬ ਸੰਘਰਸ਼ੀ ਲੋਕ ਆ ਉਹਨਾਂ ਦਾ ਹੀ ਜ਼ਿੰਮੇਵਾਰੀ ਬਣ ਜਾਣੀ ਵੀ ਲੋਕਾਂ ਨੂੰ ਜਗਾਉਣ ਵੀ ਲੁੱਟ ਕਿੱਥੋਂ ਹੁੰਦੀ ਹੈ। ਇਸ ਸੰਘਰਸ਼ ਦੇ ਵਿੱਚ ਅਸੀਂ ਦੱਸਾਂਗੇ ਮਤਲਬ ਘਰ ਘਰ ਜਾ ਕੇ ਲੀਫਲੇਟਾਂ ਰਾਹੀਂ, ਰੈਲੀਆਂ ਰਾਹੀਂ, ਕਾਨਫਰੰਸਾਂ ਰਾਹੀਂ ਲੋਕਾਂ ਨੂੰ ਦੱਸਾਂਗੇ ਜਾ ਕੇ ਵੀ ਤੁਹਾਡੀ ਲੁੱਟ ਕਿਵੇਂ ਹੁੰਦੀ ਹੈ, ਤੁਹਾਡੇ ਜਿਵੇਂ ਕਰਜ਼ੇ ਦੇ ਅੰਬਾਰ ਕਿਉਂ ਚੜ੍ਹੀ ਜਾਂਦੇ ਨੇ, ਭਾਰਤ ਦੇ ਖਜ਼ਾਨੇ ਵਿੱਚ ਪੈਸੇ ਕਿਉਂ ਨਹੀਂ, ਪੰਜਾਬ ਦੇ ਖਜ਼ਾਨੇ ਦੇ ਵਿੱਚ ਪੈਸੇ ਕਿਉਂ ਨਹੀਂ, ਇਹਨੂੰ ਕਿਹੜੇ ਚੋਰ ਲੁੱਟੀ ਜਾਂਦੇ ਨੇ, ਅਸੀਂ ਇਹ ਪ੍ਰਚਾਰ ਪ੍ਰਸਾਰ ਲੋਕਾਂ ਦੇ ਘਰਾਂ ਤੱਕ ਲੈ ਕੇ ਜਾਵਾਂਗੇ ਅਤੇ ਲੋਕਾਂ ਨੂੰ ਲਾਵਾਂ। ਕਿਉਂਕਿ ਸਰਕਾਰ ਦੀ ਤਾਂ ਆਪਦੀ ਮਰਜ਼ੀ ਹੋਊਗੀ, ਹੱਲਾ ਬੋਲ ਤੋਂ ਭਾਵ ਸਾਡਾ ਇਹ ਨਹੀਂ ਵੀ ਅਸੀਂ ਮਤਲਬ ਲੋਕਾਂ ਨੂੰ ਕਹਿੰਦੇ ਤੁਸੀਂ ਲੁੱਟ ਖੋਹ ਕਰੋ, ਅਸੀਂ ਕਹਿੰਦੇ ਹੱਲਾ ਬੋਲਣਾ ਵੀ ਜਿਹੜਾ ਸਾਡਾ ਵਿਰੋਧੀ ਵਿਚਾਰ ਹੈ ਜਿਹੜਾ ਮਤਲਬ ਕਿਸਾਨ ਖਾਸ ਕਰਕੇ ਭਾਰਤ ਦੀ ਕਿਸਾਨੀ ਨੂੰ ਡੁਬੋਣ ਜਾ ਰਿਹਾ,
ਆਪਦੀਆਂ ਦਲੀਲਾਂ ਦਿੰਦਾ ਹੈ, ਉਹਨਾਂ ਦਲੀਲਾਂ ਦੇ ਖਿਲਾਫ਼ ਅਸੀਂ ਆਪਦੀਆਂ ਦਲੀਲਾਂ ਦਾ ਹੱਲਾ ਬੋਲਾਂਗੇ, ਮੂੰਹ ਰਾਹੀਂ ਅਸੀਂ ਗੱਲ ਕਰਾਂਗੇ, ਸੜਕਾਂ ਘੇਰਾਂਗੇ। ਮਤਲਬ 2 ਘੰਟੇ ਦਾ ਜਿਹੜਾ ਦਿੱਤਾ ਅਸੀਂ ਜਾਮ ਪੰਜਾਬ ਦੇ ਵਿੱਚ, ਹੱਲਾ ਬੋਲਣ ਤੋਂ ਇਹ ਹੈ, ਕੋਈ ਸਾਡਾ ਖਰੂਦ ਪਾਉਣ ਤੋਂ ਨਹੀਂ ਹੈ, ਸਿਰਫ ਉਹ ਮਤਲਬ ਜਿਹੜੀ ਜੋੜੀ ਹੈ ਜਾਂ ਭਾਜਪਾ ਜਿਹੜੀ ਇੱਥੇ ਮਤਲਬ ਮਨਮਾਨੀਆਂ ਕਰ ਰਹੀ ਹੈ, ਅੱਜ ਮੁਸਲਮਾਨ ਤਬਕੇ ਨੂੰ ਆਪਦੀ ਮਨਮਰਜ਼ੀ ਨਾਲ ਭਾਰਤ ਦੇ ਸੰਵਿਧਾਨ ਦੇ ਉਲਟ ਮਤਲਬ ਇੱਥੋਂ ਕੱਢਣ ਦੀਆਂ ਵਿਵਸਥਾ ਬਣਾ ਰਹੀ ਹੈ, ਫਿਰਕੂ ਦੰਗੇ ਭੜਕਾਉਣ ਦੀਆਂ ਕਰ ਰਹੀ ਹੈ, ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਜਿਹੜਾ ਕਮਾਊ ਲੋਕਾਂ ਨੇ ਹੀ ਦੇਣਾ। ਦੱਸ ਦਈਏ ਕਿ ਦਿੱਲੀ ਤੋਂ ਜਾਣ ਵਾਲੀ ਰੇਲ ਗੱਡੀਆਂ ਨੂੰ ਦੁਪਹਿਰ ਨੂੰ 2 ਘੰਟੇ 1 ਵਜੇ ਤੋਂ 2 ਵਜੇ ਦੇ ਵਿੱਚ ਰੋਕ ਕੇ ਚੱਕਾ ਜਾਮ ਕੀਤਾ ਜਾਵੇਗਾ ਅਤੇ 200 ਦੇ ਕਰੀਬ ਕਿਸਾਨ ਜਥੇਬੰਦੀਆਂ 8 ਜਨਵਰੀ ਨੂੰ ਸੜਕਾਂ 'ਤੇ ਉਤਰ ਕੇ ਪੂਰੀ ਤਰ੍ਹਾਂ ਚੱਕਾ ਜਾਮ ਕਰਨਗੇ। ਬਰਨਾਲਾ ਤੋਂ ਰਾਜੇਸ਼ ਕੁਮਾਰ, ਪੰਜਾਬੀ ਲੋਕ ਚੈਨਲ।